ਤੇ ਅਜੀਤ ਰਸਨ ਤੇ ਬੋਲਣ ਡੇ ਸੀ ਨਾ ਘਰ ਚ ਹੋਲੀ ਆ ਤੋ ਮੇਰੇ ਦੋ ਤਿੰਨ ਦਿਨ ਹੋ ਗਏ ਸੀ ਹੋਲੀ ਨੂੰ ਹਾਂ ਤੇ ਹੁਣ ਵੀ ਕਹਿੰਦੇ ਠੀਕ ਆ ਹੁਣ ਉਸ ਵੇਲੇ ਠੀਕ ਹੋ ਗਈ ਆ ਤੇ ਇੱਕ ਮੈਂ ਕੱਲ ਚੜ ਗਈ ਹਾਂ ਜਲ ਵੀ ਮੈਂ ਪੀਤਾ ਤੇ ਥੋੜਾ ਜਿਹਾ ਫਰਕ ਹੀ ਮੈਨੂੰ ਖੁਦਾ ਨੇ ਦਿੱਤਾ ਵੀ ਤੇ ਮੈਂ ਫਿਰ ਸੁੱਤੀ ਤੇ ਹੁਣ ਮੈਂ ਸੰਗਤ ਵਿੱਚ ਆਈ ਆ ਤਾਂ ਠੀਕ ਠਾਕ ਆ ਇਸ ਵਕਤ ਚੰਗੀ ਭਰੀ ਹੁਣ ਤੇ ਰਾਤੀ ਮਾਂ ਕਿੰਨੀ ਨੀ ਇੱਕ ਖਰਾਬ ਲੈ ਲਈ ਇੱਕ ਪਰਾ ਨੀ ਪ੍ਰਭੂ ਦੀ ਕੀ ਉਹਨੇ ਲੈਣ ਨੀ ਦਿੱਤੀ ਮੈਨੂੰ ਖਰਾਬ ਵੀ ਤੇ ਮੈਂ ਫਿਰ ਆ ਗਈ ਫਿਰ ਜਸੂ ਦਾ ਫੋਨ ਲਾਇਆ ਜਲ ਪੀਤਾ ਤਾਂ ਮੈਨੂੰ ਰੁਮਾਣਿਆ ਗਿਆ ਤੇ ਹੁਣ ਸੂ ਕੇ ਪ੍ਰਭੂ ਨੇ ਜ਼ਿਆਦਾ ਹੀ ਰੁਮਾਨ ਦੇ ਦਿੱਤਾ ਹੁਣ ਤੇ ਇੰਨਾ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਸ਼ੁਕਰ ਕਰਦੀ ਤੁਸੀਂ ਜਦੋਂ ਪ੍ਰਭੂ ਦੀ ਆਵਾਜ਼ ਆ ਰਹੀ ਕਿ ਖਾਰਸ਼ਾਂ ਜਾ ਰਹੀਆਂ ਵਾ ਤੁਸੀਂ ਕੀ ਬੋਲਿਆ ਅੰਮੀ ਠੀਕ ਹੋ ਗਏ ਹੁਣ ਕੋਈ ਖਾਰਸ਼ ਨਹੀਂ ਆ ਸਭ ਤਾਰੀਫ ਕਰੋ ਗੁਰੂ ਸੋਲਾਂ ਨੂੰ ਮੈਂ ਪ੍ਰਭੂ ਦੇ ਨਾਲ ਜੁੜੀ ਹਾਂ ਮੈਂ ਪਹਿਲਾਂ ਜਾਂਦੀ ਹੁੰਦੀ ਹਾਂ ਤੇ ਹਟ ਗਈ ਹਾਂ ਤੇ ਕੀ ਕਹਿੰਦੇ ਇੱਕ ਜਾਂ ਇੱਕ ਕੀ ਇਹਨਾਂ ਦੇ ਹਟਦੀ ਆ ਤੇ ਸੱਤ ਲਿਖ ਕੇ ਆਉਂਦੀ ਆ ਉਹ ਗੱਲ ਮੇਰੇ ਨਾਲ ਹੋਈ ਸੀ ਤੇ ਜਦੋਂ ਦੀ ਮੈਂ ਆਈ ਮਸਾਲਾ ਬਣ ਲੱਗਾ ਇਹਨੂੰ ਮਸਾਲਾ ਕਹਿੰਦੇ ਵੈਰੀ ਗੁੱਡ ਬੰਦਰਾ ਤੀਕ ਤੇ ਨਾ ਮੈਂ ਨਾ ਇਹਦੇ ਚੱਲਣਾ ਤੇ ਜੁੜੀ ਮੈਂ ਪ੍ਰਭੂ ਦੇ ਹਾਂ ਇੱਕ ਤੇ ਮੇਰਾ ਬੀਪੀ ਵੱਧਦਾ ਸੀ ਇੱਕ ਮੇਰਾ ਅਸੇਰ ਵੜਾ ਦਰਦ ਹੁੰਦਾ ਸੀ ਜਿੱਦਾਂ ਮੈਨੂੰ ਆਂਦੇ ਲੱਗਣਾ ਮੇਰਾ ਟੈਗ ਹੀ ਹੋ ਚੱਲਿਆ ਮੇਰਾ ਟੈਗ ਹੀ ਹੋ ਜਾਣਾ ਇੱਕ ਮੈਂ ਜਦੋਂ ਚਾਹ ਪੀਣੀ ਮੇਰੀ ਇੱਕ ਬੜੀ ਸਾੜ ਪੈਂਦਾ ਹੁੰਦਾ ਸੀ ਤੇ ਕਿ ਇਹਨਾਂ ਦੇ ਦਾੜ ਪੀੜ ਵੀ ਮੇਰੀ ਬੜੀ ਹੁੰਦੀ ਤੇ ਪ੍ਰਭੂ ਨੇ ਜਦੋਂ ਦੀ ਮੈਂ ਚਰਨਾਂ 'ਚ ਜੁੜੀ ਆ ਕੋਈ ਦਵਾਈ ਦਵੂਈ ਡੀ ਤੇ ਕੋਈ ਨਹੀਂ ਕਿਹਨਾਂ ਦੇ ਖਾਂਦੀ ਮੈਂ ਸਿਰਫ ਦਵਾ ਕਰਦੀ ਆ ਪ੍ਰਭੂ ਮੈਨੂੰ ਉਸੇ ਵਕਤ ਹਾਰ ਕੇ ਸਹੂਲਤ ਦਾ ਧੰਨਵਾਦ ਕਰਦੀ ਆ ਉਹ ਮਹਾਨ ਹੈ ਪ੍ਰਭੂ ਇਹ ਨਾ ਆਖੋ ਪ੍ਰਭੂ ਹੈ ਨਹੀਂ ਮੈਨੂੰ ਪੁੱਛ ਕੇ ਵੇਖੋ ਲੈ ਮੈਂ ਭਾਵੇਂ ਆਪਣੇ ਘਰ ਹੋਵਾਂ ਭਾਵੇਂ ਜਿੱਥੇ ਮਰਜ਼ੀ ਹੋਵਾਂ ਮੈਂ ਪ੍ਰਭੂ ਦਾ ਨਾਮ ਲੈ ਕੇ ਨਾ ਉਸੇ ਵੇਲੇ ਪ੍ਰਭੂ ਹਾਜ਼ਰ ਹੋ ਜਾਂਦਾ ਮੇਰੇ ਲਾਗੇ ਤੇ ਮੈਂ ਪ੍ਰਭੂ ਦਾ ਲੱਖ ਲੱਖ ਵਾਰਾ ਸ਼ੁਕਰ ਕਰਦੀ ਭੈਣ ਪ੍ਰਭੂ ਜਿਤਨਾ ਮੈਂ ਕੀ ਰਹਿੰਦੇ ਪ੍ਰਭੂ ਨੂੰ ਦਿਲ 'ਚ ਮੇਰਾ ਰਹਿੰਦਾ ਪ੍ਰਭੂ ਮੈਂ ਇਸ ਵਕਤ ਉਹਨੂੰ ਯਾਦ ਕਰਾਂ ਤੇ ਉਸੇ ਵੇਲੇ ਮੈਨੂੰ ਪ੍ਰਭੂ ਸੁਣ ਲੈਂਦਾ ਤੇ ਭੈਣ ਤੁਸੀਂ ਵੀ ਇਸ ਤਰ੍ਹਾਂ ਹੀ ਮੰਨਿਓ ਤੇ ਪਛਾਹ ਨਾ ਹੋਇਓ ਪ੍ਰਭੂ ਤੋਂ ਜੇ ਇੱਕ ਜਾਊਗੀ ਸੱਤ ਨਾਲ ਲਿਆਉਗੀ ਆਹੋ ਮੈਂ ਪ੍ਰਭੂ ਦਾ ਨਾਲ ਜੁੜੀ ਹਾਂ ਤਾਂ ਉਦੋਂ ਦੀ ਮੈਂ ਠੀਕ ਠਾਕ ਹੈ ਮੈਂ ਡਾਕਟਰ ਪਤਾ ਨਹੀਂ ਕਿੰਨੇ ਕੁ ਬਦਲ ਛੱਡਿਆ ਸੀ ਉਹਨੇ ਕਦੀ ਆਖਦਾ ਨਾ ਤੈਨੂੰ ਬੁਖਾਰ ਆ ਕਦੀ ਤੈਨੂੰ ਜੀ ਪੀ ਵਧਿਆ ਆ ਤੇਰਾ ਕਦੀ ਕੋਲ ਆਖਦਾ ਕੋਲ ਇਸ ਤਰ੍ਹਾਂ ਕਰਕੇ ਉਹਨੇ ਦਵਾਈ ਮੈਨੂੰ ਦੇ ਦੇਣੀ ਤੇ ਫਿਰ ਨਾ ਇੱਕ ਡਾਕਟਰ ਹੀ ਉਹ ਮੈਨੂੰ ਆਉਂਦਾ ਨਾ 800 ਤੂੰ ਮੈਨੂੰ ਦੇ ਤੇ ਤੈਨੂੰ ਮੈਂ ਦਵਾਈ ਦੇਣਾ ਤੈਨੂੰ ਪਛਕਣ ਦੀ ਜੁੜੀ ਪ੍ਰਭੂ ਦੇ ਨਾਲ ਕੋਈ ਮੈਂ ਦਵਾਈ ਨੀ ਖਾਧੀ ਕੋਈ ਮੈਂ ਕੀ ਨਾ ਦਬੋ ਨੀ ਤੇ ਜਦੋਂ ਮੈਂ ਇਸ ਤਰ੍ਹਾਂ ਹੋਵਾਂ ਜਾਂ ਕੋਈ ਮੈਨੂੰ ਮਹਿਸੂਸ ਲੱਗੇ ਵੀ ਤੇ ਮੈਂ ਦਵਾਈ ਕਰਦੀ ਤੇ ਪ੍ਰਭੂ ਉਸੇ ਵੇਲੇ ਮੇਰਾ ਸਰੀਰ ਜਿਹੜਾ ਕਾਇਮ ਕਰ ਦਿੰਦਾ ਸਾਰਿਆਂ ਨੂੰ ਜੈ ਮੀ ਛੇਤੀ ਤੇ ਸੰਤਾਂ ਨੂੰ ਵੀ ਜੈ ਪਿਛਲੀ ਵਾਰ ਸੰਦੇਸ਼ ਦੀ ਗਵਾਹੀ ਪਿਛਲੇ ਬੁੱਧਵਾਰ ਤੁਹਾਡੀ ਪਿਛਲੇ ਬੁੱਧਵਾਰ ਗਵਾਹੀ ਹੋਈ ਆ ਨਵੀਂ ਗਵਾਈ ਦੇਣੀ ਪੁਰਾਣੀ ਗਵਾਈ ਨਹੀਂ ਦੇਣੀ ਹਾਂ ਹੁਣ ਜ਼ਿਆਦਾ ਲੰਬੀ ਨਹੀਂ ਕਿਉਂਕਿ ਇੱਕ ਬੰਦਗੀ ਸਮੇਂ ਸਿਰ ਸਮਾਪਤ ਕਰ ਲਓ ਸਾਰੇ ਭੈਣ ਭੈਣ ਜਾਨਸੀ ਜੀ ਰਾਦੇ ਜਾਸਾ ਜਾਨਸੀ ਜੀ ਜੇ ਮੈਂ ਰਾਤੇ ਜਾਉਣੀ ਤੇ ਮੇਰੀ ਦਾਤ ਸਿਰ ਬੜਾ ਪੀੜੇ ਜਾਣਾ ਜੀ ਖਾਪੜ ਕਿਹੜੇ ਤੇ ਬਹੁਤ ਵਾਰੀ ਦਰਦ ਹੋਣ ਡੇ ਤੇ ਪੌੜੀਆਂ ਚੜ੍ਹਦੀ ਆ ਮੰਦੀ ਨਾ ਮੇਰੀ ਦਰਦ ਹੋਣੀ ਸ਼ੁਰੂ ਹੋ ਗਈ ਤੇ ਪ੍ਰੇ ਹੋਣ ਡਈ ਪ੍ਰੇ ਦੇ ਵਿੱਚ ਹੋਈ ਤੇ ਮੈਂ ਦੁਆ ਹੱਥ ਖੜੇ ਕਰਕੇ ਦੁਆ ਕਰਨ ਤਾਂ ਆਪਾਂ ਸਿਰ ਹੀ ਫੜ ਲਿਆ ਉੱਥੇ ਮੇਰੀ ਕਦਾਰੇ ਦਰਦ ਦੂਰ ਕਰਦੀ ਆ ਸੋ ਤੋਂ ਜੀ ਵਾਜ ਤੋਂ ਜੀ ਜਿਹਨਾਂ ਦੇ ਸਿਰ ਦੇ ਵਿੱਚ ਪ੍ਰੋਬਲਮ ਕੀ ਆਵਾਜ਼ ਆ ਰਹੀ ਤੋ ਕੋਈ ਭੈਣ ਇਹ ਜਗ੍ਹਾ ਤੋਂ ਕਹਿੰਦੀ ਕਿ ਮੇਰੇ ਸਿਰ ਦੇ ਦੋ ਹਿੱਸੇ ਹੋ ਚੱਲੇ ਆ ਕਿਹਦੇ ਹੁੰਦੇ ਆ ਜੀ ਮਨ ਚ ਕਿਹਦੇ ਗੱਲ ਆ ਰਹੀ ਸੀ
कौन सी है जगह दे एक मिनट सिद्ध करो जरा जो तुम आ रहे सिर च दर्द से आवाज आ रही को भैंड कह रही कि मेरे सिर के दो हिस्से हो चले पुत्र तहन हो रहा है फिर ठीक है बच्चे की प्रेम करिए ओके गवाइया बहुत आ समय खलूस करा समय